ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਹਾਂ ਤੁਹਾਡੇ ਨਾਲ ਮੀਤ, ਅਤੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਦਿਲ ਦਾ ਨਹੀਂ ਮਾੜਾ, ਯਾਨੀ ਕਿ ਸਿੱਧੂ ਮੂਸੇਵਾਲਾ, ਜਿਸ ਦੇ ਗਾਣੇ ਲੋਕਾਂ ਨੂੰ ਖੂਬ ਪਸੰਦ ਆਉਂਦੇ ਨੇ, ਪਰ ਇੱਕ ਗਾਣਾ ਅਜਿਹਾ ਹੈ ਜਿਸ ਦਾ ਜਨਤਾ ਨੂੰ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਗਾਣੇ ਦਾ ਨਾਮ ਹੈ ਸੇਮ ਬੀਫ, ਵਿੱਚ ਨਜ਼ਰ ਆਉਣਗੇ ਸਿੱਧੂ ਮੂਸੇਵਾਲਾ ਦੇ ਨਾਲ ਬੋਹੇਮੀਆ। ਔਰ ਹੋ ਸਕਦਾ ਕਿ ਗਾਣੇ ਦਾ ਮਿਊਜ਼ਿਕਰਨ ਬਿਗ ਬਰਡ, ਅਤੇ ਬਿਗ ਬਰਡ ਨੇ ਹਾਲ ਹੀ ਦੇ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਛਿਆ ਹੈ ਫੈਨਸ ਨੂੰ ਕਿ ਸੇਮ ਬੀਫ ਆਉਣਾ ਚਾਹੀਦਾ, ਅਤੇ ਲੋਕਾਂ ਨੂੰ ਕਿੰਨਾ ਕੁ ਇੰਤਜ਼ਾਰ ਹੈ। ਰੈਡੀ ਨੇ ਸਾਰੇ, ਅਤੇ ਨਾਲ ਹੀ ਪੁੱਛਿਆ ਯੈਸ ਔਰ ਨੋ। ਸੋ ਤੁਸੀਂ ਵੀ ਦੇਖੋ ਦੈਨਿਕ ਸੂਰਿਆ ਟੀਵੀ ਦੀ ਇਹ ਖਾਸ ਰਿਪੋਰਟ। ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਗਾਣੇ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਨੇ, ਤੇ ਲੋਕਾਂ ਨੂੰ ਉਹਨਾਂ ਦੇ ਗਾਣੇ ਸੇਮ ਬੀਫ ਦਾ ਵੀ ਕਾਫੀ ਇੰਤਜ਼ਾਰ ਹੈ, ਜੋ ਕਿ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ। ਹਾਲ ਹੀ ਦੇ ਵਿੱਚ ਬਿਗ ਬਰਡ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੂ ਇਜ਼ ਰੈਡੀ ਫਾਰ ਸੇਮ ਬੀਫ, ਯਾਨੀ ਕਿ ਲੱਗਦਾ ਹੈ ਕਿ ਹੁਣ ਇਹ ਇੰਤਜ਼ਾਰ ਮੁੱਕਣ ਵਾਲਾ ਹੈ, ਤੇ ਸੇਮ ਬੀਫ ਜਲਦੀ ਰਿਲੀਜ਼ ਹੋ ਜਾਏਗਾ। ਫਿਲਹਾਲ ਤੁਹਾਨੂੰ ਸੇਮ ਬੀਫ ਗਾਣੇ ਦਾ ਕਿੰਨਾ ਕੁ ਇੰਤਜ਼ਾਰ ਹੈ, ਅਤੇ ਕੀ ਕਹਿਣਾ ਚਾਹੋਗੇ ਮੂਸੇ ਵਾਲੇ ਨੂੰ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ।